ਇੰਨਾ ਸੋਹਣਾ ਜਿਹਾ ਸੁਸਰੀ ਸੌਂਦੀ ਆ ਪੈਸੇ ਨਹੀਂ ਚੱਲਦੇ ਇੱਥੇ ਵਟਸ ਅਪ ਐਵਰੀਬਾਡੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕਾਪੀ ਟੂ ਆਲ ਜੀ ਕਾਪੀ ਟੂ ਆਲ ਹੋਰ ਸਾਓ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਮੇਰੇ ਵਾਂਗੂ ਆਪਾਂ ਵੀ ਪੂਰੇ ਫਰੈਸ਼ ਸਵੇਰੇ ਸਵੇਰੇ ਮਾਰਨਿੰਗ ਦਾ ਟਾਈਮ ਹੋ ਗਿਆ ਅਤੇ ਤੁਸੀਂ ਇੱਕ ਚੀਜ਼ ਸੁਣ ਕੇ ਬੜੀ ਹੈਰਾਨ ਹੁੰਦੇ ਹੋਵੋਗੇ ਕਿ ਅੱਜ ਬੜਾ ਪੰਜਾਬੀ 'ਚ ਗੱਲਾਂ ਕਰਨ ਦੇ ਆ ਬਿਕੋਜ਼ ਆਪਣੇ ਵੀਰਾਂ ਦੇ ਆਪਣੀ ਫੈਮਿਲੀ ਦੇ ਵਿੱਚੋਂ ਯੂਟਿਊਬ ਫੈਮਿਲੀ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਦੇ ਮੈਸੇਜ ਆਏ ਕਿ ਸਾਨੂੰ ਪੰਜਾਬੀ ਵਿੱਚ ਵੀ ਇੱਕ ਅੱਧਾ ਵਲੌਗ ਬਣਾ ਕੇ ਪਾਓ ਅਤੇ ਇਸ ਕਰਕੇ ਤੁਹਾਡੀ ਸਾਰਿਆਂ ਦੀ ਪੁਰਜ਼ੋਰ ਫਰਮਾਇਸ਼ ਤੇ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਮੈਸੇਜ ਆਉਣ ਦੇ ਬਾਵਜੂਦ ਫਿਰ ਆਪਾਂ ਸੋਚਿਆ ਕਿ ਅੱਜ ਇੱਕ ਅੱਧਾ ਵਲੌਗ ਪੰਜਾਬੀ 'ਚ ਬਣਾ ਕੇ ਵੇਖਦੇ ਹਾਂ ਪੰਜਾਬੀ 'ਚ ਅੱਜ ਆਪਣਾ ਵਲੌਗ ਆ ਰਿਹਾ ਤੁਹਾਨੂੰ ਪਤਾ ਪੰਜਾਬੀ ਆਪਣੀ ਮਾਂ ਬੋਲੀ ਹੈ ਪੰਜਾਬੀ ਵਿੱਚ ਬੋਲਣ ਲੱਗਿਆਂ ਸਾਨੂੰ ਸੋਚਣਾ ਨਹੀਂ ਪੈਂਦਾ ਕਈ ਵਾਰ ਹਿੰਦੀ ਵਿੱਚ ਸਾਨੂੰ ਕੁਛ ਵਰਡ ਇਹੋ ਜਿਹੇ ਹੁੰਦੇ ਆ ਕਿ ਜਿਵੇਂ ਸਾਨੂੰ ਸੋਚਣਾ ਪੈਂਦਾ ਸੀ ਕਿ ਹਿੰਦੀ ਵਿੱਚ ਇਹਨੂੰ ਕੀ ਕਹਿੰਦੇ ਆ ਪਰ ਅੱਜ ਸਾਨੂੰ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਅੱਜ ਗੱਲਾਂ ਸਿੱਧੀਆਂ ਡਾਇਰੈਕਟ ਆਉਣੀਆਂ ਅੱਜ ਗੱਲਾਂ ਡਾਇਰੈਕਟ ਆਉਣਗੀਆਂ ਤੇ ਬਾਹਰ ਦਾ ਮੌਸਮ ਐਡਾ ਵਧੀਆ ਨਹੀਂ ਹੈਗਾ ਬਾਹਰ ਦਾ ਮਾਹੌਲ ਜਿਹੜਾ ਵਾ ਅੱਜ ਕੋਈ ਖਾਸ ਵਧੀਆ ਨਹੀਂ ਹੈਗਾ ਦੇਖੋ ਬਾਹਰ ਸਨੋ ਮੈਲਟ ਹੁੰਦੇ ਹੀ ਆ ਗੱਡੀਆਂ ਕੋਈ ਜਾਈ ਜਾਂਦਾ ਕੋਈ ਆਈ ਜਾਂਦਾ ਆ ਸੀਗੀ ਅੱਜ ਧੁੱਪ ਨਿਕਲੂਗੀ ਪਰ ਧੁੱਪ ਨਿਕਲਣ ਦੇ ਚਾਂਸ ਅੱਜ ਕੋਈ ਨਹੀਂ ਹੈਗੇ ਇੱਥੇ ਮੌਸਮ ਦਾ ਚੱਲਦਾ ਰਹਿੰਦਾ ਕਦੀ ਧੁੱਪ ਲੱਗ ਜਾਂਦੀ ਕਦੀ ਬੱਦਲ ਹੋ ਜਾਂਦੇ ਆ ਅਤੇ ਅੱਜ ਇਸ ਕਰਕੇ ਆਪਾਂ ਰੈਡੀ ਹੋ ਗਏ ਹਾਂ ਰੈਡੀ ਹੋ ਗਏ ਅੱਜ ਮੇਰਾ ਪਲਾਨ ਹੈਗਾ ਕਿ ਗੱਡੀ ਬਹੁਤ ਜ਼ਿਆਦਾ ਗੰਦੀ ਹੋਈ ਅੱਜ ਤੁਹਾਨੂੰ ਵਿਖਾਈਏ ਇੱਥੇ ਕਿ ਗੱਡੀ ਦੀ ਜਿਹੜੀ ਵਾਸ਼ਿੰਗ ਕਰਕੇ ਆਪਾਂ ਬਾਹਰੋਂ ਲੈ ਕੇ ਆਉਂਦੇ ਕਿਵੇਂ ਲੈ ਕੇ ਆਉਂਦੇ ਹਾਂ ਕਿਉਂਕਿ ਇੱਥੇ ਇੰਡੀਆ ਦਾ ਹਿਸਾਬ ਨਹੀਂ ਹੈਗਾ ਇੱਥੇ ਇੰਡੀਆ ਦਾ ਹਿਸਾਬ ਨਹੀਂ ਹੈਗਾ ਕਿ ਆਪਾਂ ਗੱਡੀ ਚੱਕੀ ਅਤੇ ਫੋਨ ਮਾਰਿਆ ਯਾਰ ਗੱਡੀ ਵਾਸ਼ ਕਰਦੇ ਰੁਪਈਏ 20 ਦਿੱਤੇ ਅਤੇ ਗੱਡੀ ਵਾਸ਼ ਹੋ ਗਈ ਨਹੀਂ ਇੱਥੇ ਆਪਾਂ ਗੱਡੀ ਆਪ ਵਾਸ਼ ਕਰਕੇ ਲੈ ਕੇ ਆਉਂਦੇ ਹਾਂ ਅਤੇ ਅੱਜ ਆਪਾਂ ਆਪਣੀ ਗੱਡੀ ਆਪ ਵਾਸ਼ ਕਰਕੇ ਲੈ ਕੇ ਆਉਣੀ ਆ ਅਤੇ ਤੁਹਾਨੂੰ ਲੈ ਕੇ ਜਾਂਦੇ ਹਾਂ ਨਾਲ ਦਿਖਾਉਂਦੇ ਹਾਂ ਕਿਵੇਂ ਕਿਵੇਂ ਗੱਡੀ ਵਾਸ਼ ਕਰਦੇ ਇੱਥੇ ਅਤੇ ਨਾਲੇ ਕੁਛ ਖਾ ਪੀ ਕੇ ਆਉਂਦੇ ਹਾਂ ਬਾਹਰੋਂ ਬ੍ਰੇਕਫਾਸਟ ਕਰਕੇ ਆਉਂਦੇ ਹਾਂ ਅਤੇ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਗੱਡੀ ਦਾ ਹਾਲ ਕਿੰਨਾ ਬੁਰਾ ਹਾਲ ਤੁਹਾਨੂੰ ਵਿਖਾਉਣਾ ਗੱਡੀ ਕੱਢਣ ਦੀ ਯਾਰ ਉਹ ਸ਼ਿਟ ਮੈਨ ਗੱਡੀ ਆਪਣੀ ਕੱਢਣ ਦੀ ਲੱਖ ਲੱਖ ਆਪਾਂ ਨੂੰ ਗਾਲਾਂ ਅਤੇ ਇਸ ਕਰਕੇ ਆਪਾਂ ਪਲਾਨ ਕੀਤਾ ਵੀ ਪਹਿਲਾਂ ਇਹਨੂੰ ਅੱਜ ਧੋ ਕੇ ਲਿਆਈਏ ਇਹਨੂੰ ਵਾਸ਼ ਕਰਕੇ ਲਿਆਉਂਦੇ ਹਾਂ ਤੁਹਾਨੂੰ ਵੀ ਦੱਸਦੇ ਹਾਂ ਵਾਸ਼ ਕਿਵੇਂ ਕਰੀਦਾ ਗੱਡੀ ਨੂੰ ਅੱਜ ਅਤੇ ਹਣੀ ਨੂੰ ਆਪਾਂ ਆਲਰੇਡੀ ਫੋਨ ਕਰਤਾ ਹਣੀ ਨੂੰ ਆਪਾਂ ਚੱਕਦੇ ਹਾਂ ਜਾ ਕੇ ਅਤੇ ਹਣੀ ਰੈਡੀ ਬੈਠਾ ਹਣੀ ਨੂੰ ਨਾਲ ਲੈ ਕੇ ਜਾਂਦੇ ਹਾਂ ਨਾਲੇ ਨਾਸ਼ਤਾ ਨੁਸ਼ਤਾ ਕਰਾਂਗੇ ਅਤੇ ਚਲੋ ਮਿਲਦੇ ਹਾਂ ਫਿਰ ਸਿੱਧਾ ਵਾਸ਼ਿੰਗ ਬੇ 'ਚ ਕੈਮਰਾ ਤਾਂ ਆਪਾਂ ਭੁੱਲ ਹੀ ਗਏ ਕੈਮਰਾ ਇੱਥੇ ਲੱਗਿਆ ਰਹਿ ਗਿਆ ਮੈਂ ਕਾਰ ਲੈ ਕੇ ਨਿਕਲ ਗਿਆ ਕੈਮਰਾ ਨਹੀਂ ਲੈ ਕੇ ਜਾਵਾਂਗੇ ਤੁਹਾਨੂੰ ਵਿਖਾਵਾਂਗੇ ਕੀ ਉੱਥੇ ਸੋ ਲੈਟਸ ਗੋ ਗਾਈਜ਼ ਅਤੇ ਚੱਕਦੇ ਹਾਂ ਹਣੀ ਨੂੰ ਅਤੇ ਹਣੀ ਨੂੰ ਲੈ ਕੇ ਜਾ ਕੇ ਨਾਲ ਵਾਸ਼ ਕਰਦੇ ਹਾਂ ਗੱਡੀ ਆਹ ਦੇਖੋ ਗੱਡੀ ਦਾ ਹਾਲ ਦੇਖੋ ਅੰਦਰੋਂ ਸ਼ਿਟ 10-15 ਦਿਨ ਹੋ ਗਏ ਮੇਰਾ ਟਾਈਮ ਨਹੀਂ ਲੱਗਾ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ ਬਿਜ਼ੀ ਹੋਣ ਕਰਕੇ ਦੇਖੋ ਗੱਡੀ ਦਾ ਹਾਲ ਕੀ ਹੋਇਆ ਪਿਆ ਅੰਦਰੋਂ ਕਿੰਨੀ ਮੈਸ ਹੋਈ ਪਈ ਅੰਦਰ ਆਪਣਾ ਮੂੰਹ ਮੈਂ ਸ਼ਿੰਗਾਰ ਲਈਦਾ ਵਾ ਅਤੇ ਗੱਡੀ ਦਾ ਮੂੰਹ ਸ਼ਿੰਗਾਰਨ ਲੱਗਿਆ ਆਪਾਂ ਨੂੰ ਸੋਚਣਾ ਪੈਂਦਾ ਹੈ ਨਾ ਇਸ ਕਰਕੇ ਅੱਜ ਆਪਾਂ ਸੋਚਣਾ ਸੋਚਣਾ ਕੁਛ ਨਹੀਂ ਹੈਗਾ ਸਿੱਧਾ ਪਹਿਲਾਂ ਗੱਡੀ ਨੂੰ ਵਾਸ਼ ਕਰਕੇ ਲੈ ਕੇ ਆਉਂਦੇ ਹਾਂ ਇੱਕਦਮ ਸਾਫ ਸਫਾਈ ਕਰਕੇ ਪਛਾਣ ਲਿਆ ਕੌਣ ਹੈ ਇਹ ਅਤੇ ਕਿੱਦਾਂ ਨਹੀਂ ਵਧੀਆ ਕਿੱਦਾਂ ਸਾਰੇ ਹਾਂ ਅੱਜ ਪੰਜਾਬੀ ਦਾ ਵਲੌਗ ਆ ਹਣੀ ਪੂਰਾ ਐਨਰਜੀ ਦੇ ਵਿੱਚ ਆ ਹਣੀ ਹਿੰਦੀ ਬੋਲਣ ਲੱਗਿਆ ਬਹੁਤ ਪ੍ਰੋਬਲਮ ਆਉਂਦੀ ਬੜਾ ਸ਼ਾਹੀ ਫੀਲ ਕਰਦਾ ਸੀ ਅੱਜ ਆਪਾਂ ਵਲੌਗ ਹੀ ਪੰਜਾਬੀ 'ਚ ਬਣਾ ਤਾ ਅੱਜ ਪੂਰਾ ਖੁਸ਼ ਆ ਦੇਖੋ ਪਰਨਾ ਪੁਰਨਾ ਬਣ ਕੇ ਪੰਜਾਬੀ ਸਟਾਈਲ ਨਾਲ ਪੂਰਾ ਸਰਦਾਰ ਬਣਿਆ ਵਿਆਹ ਮੁੰਡਾ ਚਲੀਏ ਫਿਰ ਚਲੋ ਚਲੋ ਇਹ ਆ ਆਪਣਾ ਕੈਨੇਡਾ ਦਾ ਸਰਵਿਸ ਸਟੇਸ਼ਨ ਨਾਲੇ ਦੇ ਨਾਲੇ ਪੰਪ ਇੱਥੇ ਆਪਾਂ ਟਰੱਕ 'ਚ ਤੇਲ ਵੀ ਭਰ ਸਕਦੇ ਹਾਂ ਕਾਰ 'ਚ ਵੀ ਤੇਲ ਭਰ ਸਕਦੇ ਹਾਂ ਅਤੇ ਨਾਲ ਦੀ ਨਾਲ ਇੱਥੇ ਆਪਾਂ ਗੱਡੀ ਵੀ ਵਾਸ਼ ਕਰ ਸਕਦੇ ਹਾਂ ਅੱਜ ਮੌਸਮ ਬੜਾ ਵਧੀਆ ਨਹੀਂ ਹੈਗਾ ਇਹ ਆ ਆਪਣਾ ਸਰਵਿਸ ਸਟੇਸ਼ਨ ਦਾ ਗੇਟ ਇੱਦਾਂ ਖੋਲ੍ਹਦਾ ਇੱਥੇ ਸਰਵਿਸ ਸਟੇਸ਼ਨ ਉਹ ਬੈਠਾ ਗੋਰਾ ਅੰਦਰ ਸਿਗਰਟਾਂ ਪੀਣ ਦਿਆ ਪਹਿਲਾਂ ਹੀ ਸਾਰੇ ਸਰਵਿਸ ਸਟੇਸ਼ਨ ਵਿਹਲੇ ਪਏ ਅੱਜ ਕੋਈਨ ਚੱਲਦੇ ਆ ਅਤੇ ਕੋਈਨ ਆਪਣੇ ਕੋਲ ਮੁੱਕੇ ਹੀ ਕਾਰਡ ਇੱਥੇ ਚੱਲਦਾ ਕੋਈ ਨਹੀਂ
ਆਜੋ ਤੁਹਾਨੂੰ ਵਿਖਾਉਣੇ ਆ ਆਇਆ ਮਸ਼ੀਨ ਇਹਦੇ ਵਿੱਚ ਆ ਸਾਰਾ ਹਿਸਾਬ ਕਿਤਾਬ ਠੀਕ ਹੈ ਡਾਲਰ 1 2 ਸਟਾਰਟ 1 ਡਾਲਰ ਨਾਲ ਸਟਾਰਟ ਹੁੰਦੀ ਆ ਇਹ ਰਿੰਸ ਤੇ ਲੱਗੀ ਰਿੰਸ ਦਾ ਮਤਲਬ ਹੁੰਦਾ ਪਾਣੀ ਮੈਂ ਡਾਲਰ 1 ਪਾਉਂਗਾ ਚੱਕੂਗਾ ਪਾਈਪ ਆ ਗਿਆ ਆ ਚੱਕ ਲਈ ਆਪਾਂ ਟੂੜੀ ਆ ਕਾਣੀ ਚੱਕ ਲਈ ਆਪਾਂ ਲੱਗਦਾ ਨਹੀਂ ਥੱਕ ਗਿਆ ਬਿਲਕੁਲ ਪਾਈ ਫੜਦੇ ਆ ਮੈਂ ਵੀ ਲਾਉਣਾ 5 ਕੁ ਮਿੰਟ ਡਾਲਰ ਆਪਣੇ ਕੋਲ ਹੈਗੇ ਆ ਪਾਣੀ ਮੁੱਕਣ ਵਾਲਾ ਇਹਦਾ ਟਾਈਮ ਹੁੰਦਾ ਇਹਦਾ ਟਾਈਮ ਜਿਹੜਾ ਹੁੰਦਾ ਵਾ ਕਦੀ 1 ਮਿੰਟ ਦਾ ਕਦੀ 1.5 ਮਿੰਟ ਦਾ ਤੇ ਇਹ ਹੁਣੇ ਮੁੱਕ ਜਾਣਾ ਪਾਣੀ ਹੋ ਜਾਣਾ ਖਤਮ ਫਿਰ ਆਪਾਂ ਨੂੰ ਫਿਰ ਡਾਲਰ ਪਾਉਣਾ ਪੈਣਾ ਉੱਥੇ ਫਿਰ ਪਾਣੀ ਚੱਲੂਗਾ ਪਾਈ ਫੜ ਲਿਆ ਮੈਂ ਸੁਪਰ ਸਟੋਰ ਤੇ ਕਿਉਂਕਿ ਆਪਣੀ ਗੱਡੀ ਦੀ ਜਿਹੜੀ ਤੇਲ ਦੀ ਸੂਈ ਆ ਲੱਗ ਗਈ ਆ ਬਿਲਕੁਲ ਥੱਲੇ ਤੇ ਇਹ ਨਾ ਹੋ ਗਈ ਆਪਾਂ ਚਾਹ ਚੱਕਣ ਦੇ ਹੋਈਏ ਇਧਰੋਂ ਗੱਡੀ ਜਵਾਬ ਦੇ ਜੇ ਇਸ ਕਰਕੇ ਗੱਡੀ ਆਪਣੀ ਬੇਇੱਜ਼ਤੀ ਤੋਂ ਬਚਣ ਵਾਸਤੇ ਪਹਿਲਾਂ ਆਪਾਂ ਫਿਊਲ ਅਪ ਕਰ ਲਈਏ ਫਿਊਲ ਅਪ ਕਰਕੇ ਫਿਰ ਜਾਂਦੇ ਹਾਂ ਟੈਮ ਆਟੋ ਦੇ ਨਹੀਂ ਚੱਲਦੇ ਇੱਥੇ ਕਾਰਡ ਚੱਲਦੇ ਕਾਰਡ ਹੈ ਕਾਰਡ ਚੱਲਣ ਨਹੀਂ ਗਿਆ ਇਨਸਰਟ ਕਰ ਦੋ ਮੈਂ ਉੱਥੇ ਫੋਨ ਲੱਗਾ ਹੀ ਕਾਰਡ ਇੱਥੇ ਆਪਾਂ ਕਾਰਡ ਪਾਤਾ ਆਪਣਾ ਇਹ ਆਪਾਂ ਨੂੰ ਪੁੱਛਣ ਦਿਆ ਕਹਿੰਦਾ ਕੀ ਕਰਨਾ ਤੇ ਕਿੰਨੇ ਦਾ ਪਾਉਣਾ ਆਪਾਂ 100 ਡਾਲਰ ਦਾ ਕਹਿ ਦਿੰਦੇ ਹਾਂ ਕਿ 100 ਡਾਲਰ ਆਪਾਂ ਨੂੰ ਪਵਾ ਦਿਓ ਉਹਦੇ ਹਿਸਾਬ ਕਿਤਾਬ ਕਰਨਾ ਆਪਣਾ ਹੁਣ ਪੈਸਿਆਂ ਪੁਸਿਆਂ ਦੀ ਲੋੜ ਨਹੀਂ ਪੈਂਦੀ ਇੱਥੇ ਇੱਥੇ ਲੋੜ ਪੈਂਦੀ ਹੈ ਕਾਰਡਾਂ ਦੀ ਬੈਂਕਾਂ ਵਾਲਿਆਂ ਦੇ ਕਰਜ਼ਾਈ ਰਹਿਣਾ ਪੈਂਦਾ ਚੱਕਣੀ ਇੱਦਾਂ ਖੋਲ੍ਹ ਕੇ ਉਹ ਇੱਧਰ ਨੂੰ ਨਹੀਂ ਇੱਧਰ ਨੂੰ ਭਰਾਵਾ ਯੋਰ ਦਵਾਈ ਆ ਨਾ ਚੱਲ ਨਹੀਂ ਚੱਕਦੇ ਆਪਾਂ ਤੇਲ ਤੂਲ ਭਰਾ ਕੇ ਨਾ ਹੁਣ ਆਪਾਂ ਟੇਮ ਹੋਟਲ 'ਤੇ ਆ ਗਏ ਹਾਂ ਹੁਣ ਸਕੂਨ ਨਾਲ ਚੱਕਦੇ ਹਾਂ ਡਰਾਈਵ ਥਰੂ ਤੋਂ ਕੌਫੀ ਕਿਹਾ ਟੇਮ ਹੋਟਲ ਦਾ ਡਰਾਈਵ ਥਰੂ ਮੇਰਾ ਤਾਂ ਹੁਣ ਜਦ ਦੋਵਾਂ ਦਾ ਬੇਈਮਾਨ ਹੋ ਗਿਆ ਦਿਲ ਕਿ ਆਪਾਂ ਨਹੀਂ ਹੁਣ ਅੰਦਰ ਬਹਿਣਾ ਆਪਾਂ ਖਾਣੇ ਆ ਜਾ ਕੇ ਪਰੌਂਠੇ ਅਤੇ ਆਪਾਂ ਕੀ ਕਰਦੇ ਹਾਂ ਡਰਾਈਵ ਥਰੂ ਕਰਦੇ ਹਾਂ ਔਡਰ ਬੜਾ ਟਾਈਮ ਲੱਗਦਾ ਯਾਰ ਇੱਥੇ ਕਰੀਦਾ ਔਡਰ ਵੀ ਨੀਡ ਟੂ ਸਮਾਲ ਫ੍ਰੈਂਚ ਵਨੀਲਾ ਆਪਾਂ ਕਰਦਾ ਔਡਰ ਇੱਥੇ ਔਡਰ ਮਸ਼ੀਨ 'ਚ ਹੀ ਕਰਨਾ ਪੈਂਦਾ ਬੰਦੇ ਬੰਦੇ ਨੂੰ ਨਹੀਂ ਔਡਰ ਕਰਨਾ ਪੈਂਦਾ ਕਿਸੇ ਨੂੰ ਆਪਾਂ ਚੱਕਦੇ ਹਾਂ ਅਗਲੇ ਬੰਨੇ ਉਹ ਵਿੰਡੋ 'ਚੋਂ ਚਾਹ ਉਹ ਐਤਵਾਰ ਨੂੰ ਸਾਰੇ ਗੋਰੇ ਗਾਰੇ ਟਿਮਾਂ 'ਤੇ ਹੁੰਦੇ ਆ ਅਤੇ ਆਪਾਂ ਤਾਂ ਘੱਟ ਆਉਂਦੇ ਹਾਂ ਗੋਰੇ ਬਹੁਤ ਆਉਂਦੇ ਆ ਆ ਗਿਆ ਆਪਣੀ ਵਿੰਡੋ ਆ ਗਈ ਇੱਥੋਂ ਆਪਾਂ ਚੱਕਦੇ ਹਾਂ ਚਾਹ ਵੀਜ਼ਾ ਥੈਂਕ ਯੂ ਇਹ ਆਪਾਂ ਨੂੰ ਮਿਲ ਗਈ ਚਾਹ ਪੀਂਦੇ ਜਾਂਦੇ ਨਾਲ ਨਾਲ ਸਨੋ ਪੈਂਦੇ ਹੀ ਆ ਵੇਖ ਲਓ ਅੰਦਰ ਡਿੱਗਣ ਦੇ ਹੀ ਕਾਰ ਦੇ ਸ਼ੀਸ਼ਾ ਖੁੱਲ੍ਹਾ ਸੀ ਨਾ ਆਪਣਾ ਪਰੌਂਠਿਆਂ ਦੀ ਸਮੈਲ ਮੈਨੂੰ ਇੱਥੋਂ ਤੱਕ ਆਈ ਜਾਣ ਦੀ ਆ ਸੋਚ ਸੋਚ ਕੇ ਦਿਮਾਗ ਵਿੱਚ ਨਾ ਅਤੇ ਬਸ ਐਕਸਾਈਟਮੈਂਟ ਹੀ ਆਈ ਜਾਂਦੀ ਵੀ ਚੱਲੀਏ ਦਵਾ ਘਰ ਉੱਧਰ ਪਰੌਂਠੇ ਬਣ ਗਏ ਨੇ ਮੇਥੀ ਵਾਲੇ ਮਿਲਦੇ ਹਾਂ ਸਿੱਧਾ ਘਰੇ ਜਾ ਕੇ ਚਾਹ ਵੀ ਆਪਾਂ ਚੱਕ ਲਈ ਗੱਡੀ ਆਪਾਂ ਵਾਸ਼ ਕਰਾ ਲਈ ਤੇਲ ਵੀ ਆਪਾਂ ਭਰਾ ਲਿਆ ਟੈਂਕੀਆਂ ਹੋ ਗਈਆਂ ਫੁੱਲ ਹੁਣ ਭਾਵੇਂ ਇੰਡੀਆ ਨੂੰ ਪਾ ਦਈਏ ਸਿੱਧੀ ਉਹ ਪਰ ਨਹੀਂ ਇੰਡੀਆ ਨੂੰ ਨਹੀਂ ਪਾਉਣੀ ਇੰਡੀਆ ਨੂੰ ਜਾਣੀ ਨਹੀਂ ਇਹ
ਆ ਗਏ ਆ ਪਰੌਂਠੇ ਵਾਲੇ ਘਰ। ਪਰੌਂਠਿਆਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਚਾਅ ਹੈ ਅੱਜ। ਆ ਦੇਖੋ ਭਾਬੀ ਨੇ ਪਹਿਲਾਂ ਹੀ ਆਲਰੇਡੀ ਪਰੌਂਠੇ ਬਣਾ ਕੇ ਰੱਖਦੇ ਆ। ਓ ਮਾਈ ਗੋਡ, ਆ ਕੀ ਪਾਇਆ ਬਰਾਊਨ ਬਰਾਊਨ ਜਿਹਾ ਚ ਚੀਨੀ? ਅੱਛਾ ਬਰਾਊਨ ਸ਼ੂਗਰ ਆ। ਉਹ ਮੱਖਣ ਵੀ ਹੈਗਾ ਨਾਲ ਆਪਣੇ। ਹਣੀ ਆ ਜਾ ਫਿਰ, ਆ ਜਾਓ ਫਿਰ ਖਾਈਏ ਪਰੌਂਠੇ। ਪਰੌਂਠੇ ਖਾ ਕੇ ਤੁਹਾਡੇ ਨਾਲ ਗੱਲ ਕਰਦੇ ਆ। ਹੁਣ ਆਪਣੇ ਕੋਲ ਕੰਟਰੋਲ ਨਹੀਂ ਆਉਂਦਾ। ਹੈਲੋ ਕਰਦੇ ਗਰਮ ਗਰਮ ਮੇਥੀ ਵਾਲੇ ਪਰੌਂਠੇ ਨਾਲ ਦਹੀਂ ਨਾਲ ਮੱਖਣ। ਤੇ ਅੱਜ ਦੇ ਆਪਣੇ ਸ਼ੈਫ ਕੌਣ ਆ ਭਲਾ? ਕਾਕੇ ਦੀ ਮੰਮੀ? ਕਾਕਾ ਨੀ, ਕਾਕੇ ਦੀ ਮੰਮੀ। ਕਾਕਾ ਵਿਚਾਰਾ ਤਾਂ ਲਿਆ ਆਪਣਾ ਵਿਚਾਰਾ ਸਾਡੇ ਕੋਲ ਮੰਗ ਮੰਗ ਕੇ ਖਾਂਦਾ ਵਾ। ਜਦੋਂ ਅਸੀਂ ਟਿਮ ਹੋਣਾ ਦੇ ਗਏ ਨਾ, ਮੈਂ ਦਿਹਾੜੀ ਸਾਰੀ ਚਾਹ ਚੱਕ ਲਈ, ਟਿਮਰ ਚੱਕ ਲਏ। ਜਦੋਂ ਵਾਪਸ ਆ ਕੇ ਵੇਖਿਆ ਫੁਟੇ ਜਾ ਹੀ ਨੀ ਗਿਆ ਉਹਦੇ ਵਿੱਚ। ਮੈਂ ਵੀ ਨਹੀਂ ਖਾਣੀ, ਮੇਰਾ ਢਿੱਡ ਭਰ ਗਿਆ ਬਹੁਤ ਜ਼ਿਆਦਾ। ਰੋਟੀਆਂ ਬਹੁਤ ਜ਼ਿਆਦਾ ਸਵਾਦ ਸੀ। ਸਪੈਸ਼ਲ ਥੈਂਕ ਯੂ, ਥੈਂਕ ਯੂ ਟੂ ਕਾਕੇ ਦੀ ਮੰਮੀ। ਇੱਕ ਵਾਰੀ ਮੈਂ ਤੇ ਭਾਜੀ ਨਾ ਭਟੂਰੇ ਕਰ ਗਏ ਦਾਵਤ ਵਾਲਿਆਂ ਕੋਲੇ। ਬਾਈ ਤੈਨੂੰ ਕੀ ਆ, ਅਸੀਂ ਭੁੱਖ ਬੜੀ ਲੱਗੀ। ਮੈਂ ਕਰ ਵੀ ਕਿੱਦਾਂ ਚੱਲੀਏ ਖਾਣ, ਤੇ ਇਹ ਕਹਿੰਦਾ ਭਾਜੀ ਭੁੱਖ ਲੱਗੀ ਚਲੋ ਚੱਲੀਏ। ਗੱਡੀ ਚੱਕੀ ਤੇ ਤੁਰ ਪਏ ਉੱਥੇ ਖਾਣ ਲੱਗੇ। ਜਾ ਕੇ ਬੈਠੇ ਇੱਕ ਪਲੇਟ ਜਾ ਉੱਧਰ ਜਾਣਾ, ਫਿਰ ਸਾਡੇ ਵੱਲੋਂ ਸਪੈਸ਼ਲ ਉਹ ਇੱਦਾਂ ਆਈ ਸਾਡੇ ਵੱਲ ਪਲੇਟ ਲੈ ਕੇ। ਅਸੀਂ ਤਿਆਰ ਤੂੰ ਰਾਤ ਨੂੰ ਧੁੱਪਾਂ ਬਾਹਰ ਜੀਨ ਜੈਕਟਾਂ ਉੱਪਰ ਕਰਕੇ ਉਹ ਨਾਲ ਦੇ ਟੇਬਲ ਦੇ ਡਾ ਕੇ ਲੱਸੀ ਟਾਈਮ ਆ ਗਿਆ। ਲੱਸੀ ਟਾਈਮ ਪਾਣੀ ਪੂਣੀ ਨੀ ਪੀਦਾ ਆਪਾਂ, ਲੱਸੀ ਚੱਲਦੀ। ਲੱਸੀ ਲੱਸੀ ਪੀ ਕੇ ਨਾ ਤੁਹਾਨੂੰ ਪਤਾ ਨਾ ਕੀ ਹੁੰਦਾ, ਬਸ ਇੰਨਾ ਸੋਹਣਾ ਇਹਦਾ ਸੁਸਰੀ ਸੌਂਦੀ ਆ। ਸ਼ਾਮਾਂ ਤੱਕ ਨਹੀਂ ਉੱਠਣਾ ਮੰਜੇ ਤੋਂ, ਲੱਸੀ ਪੀ ਗਿਆ ਤਾਂ। ਕਾਕਾ ਕਿਹਦੇ ਪੈਸੇ ਆਏ? ਨਹੀਂ ਕਿਹਦੇ ਆਏ, ਹਣੀ ਦੇ ਆ? ਹਣੀ ਦੇ, ਉਹ ਹਣੀ ਦੇ ਆ। ਇਹ ਕਰ ਕਿੱਦਾਂ, ਇੱਦਾਂ ਵਾਲਾ, ਇੱਦਾਂ ਵਾਲਾ ਥੈਂਕ ਯੂ ਕਰਦੇ, ਇੱਦਾਂ ਵਾਲਾ ਥੈਂਕ ਯੂ। ਨਹੀਂ ਉਹ ਕਿੱਦਾਂ ਘੁਮਾ ਕੇ ਵੇਖਣ ਦਿਆ। ਰੋਟੀ ਪਾਣੀ ਖਾ ਲਈ ਆਪਾਂ, ਇਹ ਤੋਂ ਪਹਿਲਾਂ ਕਿ ਮੇਰੀ ਐਨਰਜੀ ਹੋ ਜਾਏ ਡਾਊਨ, ਕਿਉਂਕਿ ਮੈਨੂੰ ਪੈਣ ਦੀ ਬਹੁਤ ਜ਼ਿਆਦਾ ਸੁਸਤੀ। ਲੱਸੀ ਪੀ ਕੇ ਤੁਹਾਨੂੰ ਪਤਾ ਹੀ ਹੈ ਕੀ ਮਜ਼ਾ ਹੁੰਦਾ, ਸੁਸਤੀ ਪੈਣ ਦੀ। ਮੈਂ ਤਾਂ ਕਾਕਾ ਆਲਮੋਸਟ ਸੌਣ ਦੀਆਂ ਤਿਆਰੀਆਂ ਦੇ ਵਿੱਚ ਹਾਂ, ਇਹ ਤੋਂ ਪਹਿਲਾਂ ਕਿ ਸਾਨੂੰ ਅਜੇ ਨੀਂਦ। ਅਤੇ ਇਸ ਵਲੋਗ ਨੂੰ ਕਰਦੇ ਹਾਂ ਆਪਣੇ ਇੱਥੇ ਹੀ ਐਂਡ, ਅਤੇ ਕਾਕਾ ਆਪਣੇ ਨਾਲ ਰੈਡੀ ਅੱਜ ਵਲੋਗ ਐਂਡ ਕਰਨ ਨੂੰ, ਕਿਉਂਕਿ ਕਾਕਾ ਕਰ ਰਿਹਾ ਆਪਣੇ ਪਹਿਲੇ ਦਿਨ ਵਲੋਗ ਐਂਡ। ਨਹੀਂ ਲੱਤਾਂ ਨਾਲ ਨਹੀਂ ਕਰਨਾ ਆਪਾਂ, ਕਰਾਂਗੇ ਤਾਂ ਥਣਾ ਹੀ, ਵੈਸੇ ਤੁਹਾਨੂੰ ਖਾਇਆ। ਕਾਕਾ ਹੈਲੋ ਕਰਦੇ, ਹੈਲੋ। ਹਣੀ ਆਲਰੇਡੀ ਸੌਂ ਗਿਆ, ਹਣੀ ਨੇ ਤੁਹਾਨੂੰ ਦੱਸਿਆ ਨਾ ਕੀ ਕੀਤਾ, ਦੱਸ ਦਿਓ ਉਹਦਾ ਹਿਸਾਬ ਤਾਬ ਲਾ ਕੇ ਮੈਸੇਜਾਂ ਦੇ ਵਿੱਚ। ਤੁਹਾਡੇ ਬੰਦੇ ਨੇ ਅੱਜ ਵਲੋਗ ਨਹੀਂ ਬਣਾਇਆ, ਟਿਮ ਦੇ ਉੱਤੋਂ ਘੁੰਮ ਕੇ ਸਾਰਾ ਵਲੋਗ ਖਰਾਬ ਕਰਤਾ, ਅਤੇ ਬਾਅਦ 'ਚ ਆ ਕੇ ਕਹਿੰਦਾ ਵੀ ਉਹ ਵਲੋਗ ਤਾਂ ਬਣਿਆ ਨਹੀਂ। ਬੇਇੱਜ਼ਤੀ ਹੋ ਗਈ ਵੈਸੇ ਸਾਡੀ ਅੱਜ, ਚਲੋ ਕੋਈ ਗੱਲ ਨਹੀਂ, ਅਕਸਰ ਹੁੰਦੀ ਰਹਿੰਦੀ ਹੈ ਸਾਡੇ ਨਾਲ। ਅਤੇ ਇਹਦੇ ਨਾਲ ਹੀ ਕਰਦੇ ਹਾਂ ਅੱਜ ਦਾ ਵਲੋਗ ਐਂਡ। ਇੱਕ ਹੋਰ ਚੀਜ਼ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਆਪਣੇ ਹੋਣ ਵਾਲੇ ਆ ਬਣ ਗਏ ਸਬਸਕ੍ਰਾਈਬਰ ਪੂਰੇ, ਅਤੇ ਆਪਾਂ ਅਰੇਂਜ ਕਰਨੇ ਆ ਬਹੁਤ ਵੱਡੀ ਪਾਰਟੀ। ਜਿਹੜੇ ਜਿਹੜੇ ਬੰਦੇ ਨੇ ਸਬਸਕ੍ਰਾਈਬ ਨਹੀਂ ਕੀਤਾ, ਕੀ ਕਰਨਾ ਵਾ, ਆਪਣੀ ਫੈਮਿਲੀ ਦਾ ਮੈਂਬਰ ਬਣਨਾ ਸਬਸਕ੍ਰਾਈਬ ਕਰਕੇ। ਅਤੇ ਕਰਦੇ ਹਾਂ ਅੱਜ ਦਾ ਵਲੋਗ ਇੱਥੇ ਐਂਡ, ਕਹਿ ਰੱਬ ਰੱਖਾ। ਕਰਦੇ ਹਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ। ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਮਿਲਦੇ ਹਾਂ ਕਿ ਇਹੋ ਹੀ ਚੰਗੀ ਜੀ ਵੀਡੀਓ 'ਚ। ਤਦ ਤੱਕ ਕਾਕੇ ਰੱਬ ਰੱਖਾ, ਰੱਬ ਰੱਖਾ, ਰੱਬ ਰੱਖਾ।